ਕਿਵੇਂ ਚੱਲ ਰਿਹਾ ਚੋਣ ਪ੍ਰਚਾਰ? ਬੀਜੇਪੀ ਦੇ ਲੀਡਰਾਂ ਦਾ ਵਿਰੋਧ ਹੋ ਰਿਹਾ, ਅਕਾਲੀ ਦਲ ਦਾ ਵਿਰੋਧ ਹੋ ਰਿਹਾ, ਲੇਕਿਨ ਆਮ ਆਦਮੀ ਪਾਰਟੀ ਕਿਹੋ ਜਿਹੀ ਪਾਰਟੀ ਹੈ ਜਿਹਨੂੰ ਦੁਨੀਆ ਨੇ ਹੱਥਾਂ 'ਤੇ ਚੁੱਕਿਆ ਹੋਇਆ ਹੈ, ਪੰਜਾਬ ਨੇ ਹੱਥਾਂ 'ਤੇ ਪਾਇਆ ਹੋਇਆ, ਕਿਉਂਕਿ ਜਿੰਨੀਆਂ ਗਰੰਟੀਆਂ ਸਰਦਾਰ ਭਗਵੰਤ ਸਿੰਘ ਮਾਨ ਨੇ ਗਈਆਂ ਸੀ ਇਲੈਕਸ਼ਨ ਤੋਂ ਪਹਿਲਾਂ, ਉਹ ਸਾਰੀਆਂ ਪੂਰੀਆਂ ਕੀਤੀਆਂ। ਕੰਪੀਟੀਸ਼ਨ ਲੱਗਦਾ ਜਾਂ ਫਿਰ ਵਿਧਾਨ ਸਭਾ ਦੇ ਵਾਂਗ ਹੁਣ ਵੀ ਜਿਹੜਾ 100% ਤੁਸੀਂ ਸ਼ੇਅਰ ਹੋ ਲੋਕ ਸਭਾ? ਬੀਜੇਪੀ ਨੂੰ ਇੱਥੋਂ ਦਾ ਲੋਕਲ ਕੈਂਡੀਡੇਟ ਮਿਲਦਾ ਹੈ ਕੋਈ ਨਹੀਂ, ਪਿਛਲੇ 15 ਸਾਲ ਦਾ ਰਿਕਾਰਡ ਹੈ ਜੀ। ਪਹਿਲਾਂ ਇਹਨਾਂ ਪੁਰੀ ਸਾਹਿਬ ਲੈ ਕੇ ਆਏ, ਫਿਰ ਰਣਜੀਤ ਜੀ ਲੈ ਕੇ, ਐਰਕਾ ਵੀ ਅੱਗੇ ਤੋਂ ਬਾਹਰ ਦਾ ਕੈਂਡੀਡੇਟ ਉਹ ਲੈ ਕੇ ਆਏ, ਤਰਨਜੀਤ ਸੰਧੂ ਜੀ, ਠੀਕ ਹੈ। ਸੋ ਇਹ ਦੇਖਿਆ ਕਿ ਜੇ ਇਹਨਾਂ ਨੂੰ ਹਲਕੇ ਦੇ ਵਿੱਚੋਂ ਆਪਣਾ ਕੈਂਡੀਡੇਟ ਮਿਲ ਰਹੇ ਤੇ ਪੈਰਾਸ਼ੂਟ ਰਾਹੀਂ ਆਪਣਾ ਉਮੀਦਵਾਰ ਲਿਆ ਰਹੇ ਤੇ ਦੁਨੀਆਂ ਨੂੰ ਐਕਸੈਪਟ ਨਹੀਂ ਕਰਦੇ। ਤੁਸੀਂ ਵਿਰੋਧੀ ਧਿਰ ਦੇ ਵਿੱਚ ਸੀ, ਸੱਤਾ ਦੇ ਵਿੱਚ ਪਿਛਲੀ ਸਰਕਾਰ ਦੀ ਗੱਲ ਕਰੀਏ, ਕਾਂਗਰਸ ਸੀ, ਤਾਂ ਉਹਦੇ ਸਵਾਲ ਹੁੰਦੇ ਸੀ ਤੁਹਾਡੀ ਪਾਰਟੀ ਦੇ ਵੱਲੋਂ ਕਿ ਕਾਂਗਰਸੀਆਂ ਨੂੰ ਜਾਂ ਫਿਰ ਅਕਾਲੀ ਦਲ ਨੂੰ ਕੋਈ ਨਵੇਂ ਚਿਹਰੇ ਨਹੀਂ ਮਿਲ ਰਹੇ, ਜਾਂ ਫਿਰ ਉਹ ਆਪਣੇ ਵਰਕਰਾਂ ਨੂੰ ਉਮੀਦਵਾਰ ਟਿਕਟ ਨਹੀਂ ਦੇ ਰਹੇ, ਬਲਕਿ ਜਿਹੜੇ MLA ਹੁੰਦੇ ਨੇ, ਮੰਤਰੀ ਹੁੰਦੇ ਨੇ, ਉਹਨਾਂ ਨੂੰ ਟਿਕਟ ਦੇ ਦਿੰਦੇ ਨੇ? ਪਰ ਜਦੋਂ ਹੁਣ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਤਾਂ ਉਹਨਾਂ ਦੇ ਵੱਲੋਂ ਉਹੀ ਕੀਤਾ ਗਿਆ, ਤਾਂ ਵਿਰੋਧੀਆਂ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਕਿ ਹੁਣ ਵਰਕਰਾਂ ਨੂੰ ਟਿਕਟਾਂ ਕਿਉਂ ਨਹੀਂ ਦਿੱਤੀਆਂ ਗਈਆਂ? ਜੇ ਮੰਤਰੀਆਂ ਨੂੰ ਟਿਕਟ ਦਿੱਤੀ ਆ, ਮੰਤਰੀਆਂ ਦਾ ਪੰਜਾਬ ਦੇ ਵਿੱਚ ਇਸ ਵੇਲੇ ਪੂਰੇ ਕਹਿ ਸਕਦੇ ਕਿ ਨਾਮ ਆ ਉਹਨਾਂ ਦਾ, ਪਾਰਟੀ ਕੋ ਇੰਨੇ ਜ਼ਿਆਦਾ ਹੁੰਦੇ ਆ ਕਿ ਵਲੰਟੀਅਰਾਂ ਨੂੰ ਹੀ ਅਸੀਂ ਟਿਕਟਾਂ ਦੇਵਾਂਗੇ, ਨੈਕਸਟ ਆਉਣ ਵਾਲੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਆਉਣੀਆਂ। ਅੱਛਾ, ਤੁਸੀਂ ਬੀਜੇਪੀ ਦਾ ਜ਼ਿਕਰ ਕਰ ਰਹੇ ਹੋ, ਗੁਰਦਾਸਪੁਰ ਸੀਟ ਦਾ ਤੁਸੀਂ ਜ਼ਿਕਰ ਕੀਤਾ, ਪਰ ਜਦੋਂ ਉੱਧਰ ਤਰਨਜੀਤ ਸਿੰਘ ਸੰਧੂ ਦੀ ਗੱਲ ਆਉਂਦੀ ਆ, ਉਹ ਕਹਿੰਦੇ ਨੇ ਕਿ ਮੈਂ ਅਮਰੀਕਾ ਛੱਡ ਕੇ ਅੰਮ੍ਰਿਤਸਰ ਵਾਪਸ ਆਇਆ ਆਪਣੇ ਘਰ ਦੇ ਵਿੱਚ, ਅਤੇ ਜਿਹੜਾ ਮੇਰੇ ਕੋਲ ਵੀਜ਼ਨ ਆ, ਜਿਹੜਾ ਮੇਰੇ ਕੋਲ ਇੱਕ ਮੈਪ ਹੈ ਅੰਮ੍ਰਿਤਸਰ ਦੇ ਲਈ, ਉਹ ਕਿਸੇ ਹੋਰ ਪਾਰਟੀ ਦੇ ਕੋਲ ਨਹੀਂ ਹੈਗਾ? ਵੇਖੋ, ਮੈਪ ਤਾਂ ਜੀ ਅਰੁਣ ਜੇਤਲੀ ਸਾਹਿਬ ਵੀ ਲੈ ਕੇ ਆਏ ਸੀ, ਮੈਪ ਦੀ ਗੱਲ ਕਰੀਏ ਮੈਪ ਪੁਰੀ ਸਾਹਿਬ ਵੀ ਲੈ ਕੇ ਆਏ ਸੀ, ਹੁਣ ਤੀਜਾ ਮੈਪ ਆ ਗਿਆ, ਉਹ ਮੈਪ ਖੁੱਲਣਾ ਨਹੀਂ, ਮੈਪ ਰੋਲਦਾ ਰੈਪਦਾ ਰਹਿ ਵੀ ਰਹਿ ਜਾਣਾ ਇਸ ਕਰਕੇ। ਨਿਊਜ਼ ਆਨ ਲਈ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। ਲੋਕ ਸਭਾ ਚੋਣਾਂ ਦਾ ਅਖਾੜਾ ਪੱਕ ਚੁੱਕਿਆ ਅਤੇ ਵੱਖ ਵੱਖ ਉਮੀਦਵਾਰਾਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰ ਕੇ ਜਿਹੜਾ ਲੋਕਾਂ ਦਾ ਦਿਲ ਵੀ ਖਿੱਚਿਆ ਜਾ ਰਿਹਾ ਆਪਣੀ ਤਰਫ਼, ਅਤੇ ਚੋਣ ਪ੍ਰਚਾਰ ਜਿਹੜਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ। ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਅਤੇ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਡਾਕਟਰ ਜਸਵੀਰ ਸਿੰਘ ਸੰਧੂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਦਾ ਜਿਹੜਾ ਚੋਣ ਪ੍ਰਚਾਰ ਉਹਨਾਂ ਦੇ ਵੱਲੋਂ ਪਖਾਇਆ ਜਾ ਰਿਹਾ ਅਤੇ ਕਿੰਨੀਆਂ ਕੁ ਉਮੀਦਾਂ ਨੇ, ਕਿੰਨਾ ਕੁ ਜਿਹੜਾ ਦਿਲ ਹੈ ਲੋਕਾਂ ਦਾ ਉਹ ਜਿੱਤ ਚੁੱਕੇ ਨੇ ਹੁਣ ਤੱਕ, ਉਸ ਬਾਰੇ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਸੰਧੂ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਚੈਨਲ ਦੇਖ ਕੇ ਸਾਰੇ ਵੀਰਾਂ ਦੇ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਕਿਵੇਂ ਚੱਲ ਰਿਹਾ ਚੋਣ ਪ੍ਰਚਾਰ? ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ, ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਹੈ ਇਹਨੂੰ ਦੁਨੀਆ ਬਹੁਤ ਪਿਆਰ ਦੇ ਰਹੀ ਹੈ। ਤੁਸੀਂ ਦੇਖਿਆ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਹੋ ਰਿਹਾ, ਅਕਾਲੀ ਦਲ ਦਾ ਵਿਰੋਧ ਹੋ ਰਿਹਾ, ਲੇਕਿਨ ਆਮ ਆਦਮੀ ਪਾਰਟੀ ਕਿਹੋ ਜਿਹੀ ਪਾਰਟੀ ਹੈ ਜਿਹਨੂੰ ਦੁਨੀਆ ਨੇ ਹੱਥਾਂ 'ਤੇ ਚੁੱਕਿਆ ਹੋਇਆ ਹੈ, ਪੰਜਾਬ ਨੇ ਹੱਥਾਂ 'ਤੇ ਪਾਇਆ ਹੋਇਆ, ਕਿਉਂਕਿ ਜਿੰਨੀਆਂ ਗਰੰਟੀਆਂ ਸਰਦਾਰ ਭਗਵੰਤ ਸਿੰਘ ਮਾਨ ਨੇ ਗਈਆਂ ਸੀ ਇਲੈਕਸ਼ਨ ਤੋਂ ਪਹਿਲਾਂ, ਉਹ ਸਾਰੀਆਂ ਪੂਰੀਆਂ ਕੀਤੀਆਂ। ਸੋ ਅੱਜ ਵੀ ਜਿਹੜੀਆਂ ਗਰੰਟੀਆਂ ਨਹੀਂ ਦਿੱਤੀਆਂ ਉਹ ਵੀ ਪੂਰੀਆਂ ਕੀਤੀਆਂ। ਸੋ ਪੰਜਾਬ ਦਾ ਮਾਹੌਲ ਜਿਹੜਾ ਪੂਰਾ ਵਧੀਆ, ਆਮ ਆਦਮੀ ਪਾਰਟੀ ਜਿਹੜੀ ਆ ਉਹ ਬੜੀ ਵੱਡੀ ਲੀਡ ਦੇ ਨਾਲ ਸਾਰੀਆਂ ਜਿੱਤਾਂ 'ਚ ਸੀਟਾਂ ਜਿਹੜੀਆਂ ਜਿੱਤ ਪ੍ਰਾਪਤ ਕਰ ਰਹੀ ਹੈ। ਮੈਨੂੰ ਲੱਗਦਾ ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਕਿ ਬਾਕੀ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ, ਫਿਰ ਚਾਹੇ ਉਹ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ, ਕਿਉਂਕਿ ਥੋੜ੍ਹੇ ਸਮਾਂ ਪਹਿਲਾਂ ਦੀ ਗੱਲ ਕਰਾਂ ਤਾਂ ਰਾਜਾ ਵੜਿੰਗ ਦੇ ਵੱਲੋਂ ਲਾਈਵ ਹੋ ਕੇ ਇੱਕ ਮੁੱਦਾ ਚੁੱਕਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਮੁਆਵਜ਼ੇ ਨੇ ਜਿਹੜੇ ਫਸਲਾਂ ਦੇ ਉਹ ਹਾਲੇ ਤੱਕ ਦਿੱਤੇ ਨਹੀਂ ਗਏ, ਕਿ ਉਹਨਾਂ ਨੇ ਵਾਅਦੇ ਨੇ ਜਿਹੜੇ ਉਹ ਵਾਅਦਿਆਂ 'ਤੇ ਖਰੇ ਨਹੀਂ ਉਤਰੇ। ਵੇਖੋ ਜੀ, ਜਿਹੜੇ ਆਪਣਾ ਪਿਛਲੇ ਸਮੇਂ ਦੌਰਾਨ
ਹੜ੍ਹਾਂ ਨਾਲ ਤਬਾਹੀ ਹੋਈ ਉਹਦੇ ਮੁਆਵਜ਼ੇ ਤਕਰੀਬਨ 85% ਮੁਆਵਜ਼ੇ ਜਿਹੜੇ ਉਹ ਵੰਡ ਦਿੱਤੇ ਗਏ ਆ। ਬਾਕੀ ਜਿਹੜੇ ਹੋਣ ਵਾਲੀ ਫਸਲ ਦੇ ਜਿਹੜੀਆਂ ਉਹ ਗੁਰਦੌਰੀਆਂ, ਸਾਰਿਆਂ ਨੂੰ ਪਤਾ ਕਿ ਗੁਰਦੌਰੀ ਹੋਣ ਤੋਂ ਬਾਅਦ ਜਿਹੜਾ ਉਹ ਇੱਕ ਰਿਕਾਰਡ ਜਾਂਦਾ, ਰਿਕਾਰਡ ਤੋਂ ਬਾਅਦ ਪਤਾ ਲੱਗਦਾ ਕਿ ਇਹਦਾ ਮੁਆਵਜ਼ਾ ਕਿੰਨਾ ਬਣਦਾ, ਕਿੰਨੇ % ਜਿਹੜੀ ਫਸਲ ਤਬਾਹ ਹੋਈ ਉਸ ਹਿਸਾਬ ਨਾਲ ਜਿੰਨਾ ਉਹ ਹਿਸਾਬ ਨਾਲ ਸੀਗੀਆਂ ਗਿਣਤੀਆਂ ਮਿਣਤੀਆਂ ਕੀਤੀਆਂ ਜਾਂਦੀਆਂ। ਸੋ ਜੇ ਰਹਿ ਗਿਆ ਤਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਦੇਵਾਂਗੇ। ਇਹੋ ਜਿਹੀ ਕੋਈ ਗੱਲ ਨਹੀਂ ਕਿ ਨਹੀਂ ਮਿਲਿਆ, ਮਿਲਿਆ ਤਕਰੀਬਨ 85% ਲੋਕਾਂ ਨੂੰ ਮਿਲਿਆ। ਕਈਆਂ ਦੀਆਂ ਇਹੋ ਜਿਹੀਆਂ ਕੋਈ ਠੇਕੇ ਵਾਲੇ ਜਿਹੜੇ ਆ ਠੇਕੇਦਾਰ ਆ ਜਾਂ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦੇ, ਉਹਨਾਂ ਦਾ ਥੋੜ੍ਹਾ ਜਿਹਾ ਇਹ ਉਹ ਮਾਲਕ ਅਤੇ ਠੇਕੇਦਾਰਾਂ ਦੇ ਵਿੱਚ ਥੋੜ੍ਹਾ ਜਿਹਾ ਚੱਲਦਾ ਸੀ ਗੱਲਬਾਤ, ਉਹਦੇ ਕਰਕੇ ਹੋ ਸਕਦਾ ਜੇ ਰੁਕਿਆ ਹੋਵੇ। ਅਦਰਵਾਈਜ਼ ਰੁਕਣ ਵਾਲੀ ਕੋਈ ਗੱਲ ਨਹੀਂ। ਪੰਜਾਬ ਸਰਕਾਰ ਨੇ ਜੋ ਕਿਹਾ ਸੀ ਉਹ ਕਰਕੇ ਵਿਖਾਇਆ ਅਤੇ ਹੁਣ ਵੀ ਕਰਕੇ ਵਿਖਾ ਰਿਹਾ। ਸੋ ਪੰਜਾਬ ਦੇ ਵਿੱਚ ਕਿਸੇ ਵੀ ਫਸਲ ਦਾ ਜਿਹੜਾ ਨੁਕਸਾਨ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਜਿਹੜੀ ਉਹ ਮੁਆਵਜ਼ਾ ਦੇ ਰਹੀ ਹੈ। ਅੱਛਾ, ਇੱਕ ਮੈਨੂੰ ਇਹ ਜ਼ਰੂਰ ਦੱਸੋ, ਕਿਉਂਕਿ ਅੰਮ੍ਰਿਤਸਰ ਆਪਾਂ ਸੀਟ ਦੀ ਗੱਲ ਕਰੀਏ, ਲੋਕ ਸਭਾ ਸੀਟ ਦੀ ਗੱਲ ਕਰੀਏ, ਤਾਂ ਬਹੁਤ ਸਾਰੀਆਂ ਨਜ਼ਰਾਂ ਇਸ ਸੀਟ ਦੇ ਉੱਪਰ ਰਹਿੰਦੀਆਂ ਨੇ ਅਤੇ ਹੁਣ ਤੱਕ ਦੀ ਮੈਂ ਗੱਲ ਕਰਾਂ, ਜੇਕਰ ਹਿਸਟਰੀ ਵੱਲ ਝਾਤ ਮਾਰੀਏ, ਇੱਕ ਤਾਂ ਦੇਖੇ ਕਾਂਗਰਸ ਦੇ ਪੱਲੇ ਸੀਟ ਗਈ ਜਾਂ ਫਿਰ ਗੱਠਜੋੜ ਸੀ ਬੀਜੇਪੀ ਅਕਾਲੀ ਦਲ ਦਾ, ਬੀਜੇਪੀ ਦੇ ਜਿਹੜੇ ਉਮੀਦਵਾਰ ਹੁੰਦੇ ਸੀ ਉਹਨਾਂ ਦੇ ਵੱਲੋਂ ਜਿਹੜੀ ਜਿੱਤ ਪ੍ਰਾਪਤ ਕੀਤੀ ਗਈ ਹੈ। ਤੁਹਾਨੂੰ ਕਿਤੇ ਨਾ ਕਿਤੇ ਕੰਪੀਟੀਸ਼ਨ ਲੱਗਦਾ ਜਾਂ ਫਿਰ ਵਿਧਾਨ ਸਭਾ ਦੇ ਵਾਂਗ ਹੁਣ ਵੀ ਜਿਹੜਾ 100% ਤੁਸੀਂ ਸ਼ੋਰ ਹੋ ਲੋਕ ਸਭਾ ਚੋਣਾਂ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਵੇਖੀਏ ਕਿ ਬੀਜੇਪੀ ਨੂੰ ਇੱਥੋਂ ਦਾ ਲੋਕਲ ਕੈਂਡੀਡੇਟ ਮਿਲਦੇ ਹੈ ਕੋਈ ਨਹੀਂ। ਪਿਛਲੇ 15 ਸਾਲ ਦਾ ਰਿਕਾਰਡ ਹੈ ਜੀ, ਪਹਿਲਾਂ ਇਹਨਾਂ ਪੁਰੀ ਸਾਹਿਬ ਲੈ ਕੇ ਆਏ, ਫਿਰ ਅਨਜੇਤ ਜੀ ਲੈ ਕੇ, ਐਰਕਾ ਵੀ ਹਲਕੇ ਤੋਂ ਬਾਹਰ ਦਾ ਕੈਂਡੀਡੇਟ ਉਹ ਲੈ ਕੇ ਆਏ, ਤਰਨਜੀਤ ਸੰਧੂ ਜੀ, ਠੀਕ ਹੈ। ਸੋ ਇਹ ਦੇਖਿਆ ਕਿ ਜੇ ਇਹਨਾਂ ਨੂੰ ਹਲਕੇ ਦੇ ਵਿੱਚੋਂ ਆਪਣਾ ਕੋਈ ਕੈਂਡੀਡੇਟ ਮਿਲ ਰਹੀ ਹੈ ਤਾਂ ਪੈਰਾਸ਼ੂਟਰਾਂ ਹੀ ਆਪਣਾ ਉਮੀਦਵਾਰ ਲਿਆ ਰਿਹਾ ਅਤੇ ਦੁਨੀਆਂ ਨੂੰ ਐਕਸੈਪਟ ਨਹੀਂ ਕਰਦੀ। ਅੰਮ੍ਰਿਤਸਰ ਦਾ ਇਤਿਹਾਸ ਇਹੋ ਜਿਹਾ ਰਿਹਾ ਕਿ ਅੰਮ੍ਰਿਤਸਰ ਲੋਕਲ ਲੀਡਰ ਨੂੰ ਤਰਜੀਹ ਦਿੰਦੇ ਆ। ਸੋ ਤੁਸੀਂ ਦੇਖਿਆ ਪਿਛਲੀ ਵਾਰੀ 2 ਵਾਰੀ ਕਾਂਗਰਸ ਦੇ ਜਿਹੜੇ MP ਇੱਥੋਂ ਰਹਿ ਚੁੱਕੇ ਨੇ ਉਹ, ਕਿਉਂਕਿ ਉਹ ਲੋਕਲ ਸੀ, ਜਿੱਤ ਗਏ, ਹਵਾ ਸੀ, ਜਿੱਤ ਗਏ। ਲੇਕਿਨ ਐਤਕਾਂ ਜਿਹੜਾ ਸਾਡੇ ਨਾਲ ਕੋਈ ਕਿਸੇ ਦਾ ਮੁਕਾਬਲਾ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਲੋਕਾਂ ਦੇ ਦਿਲਾਂ 'ਤੇ ਵਸੀ ਹੋਈ ਹੈ, ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ, ਲੋਕਾਂ ਨੂੰ ਦਿਲੋਂ ਪਿਆਰ ਕਰਦੇ ਹਾਂ। ਸੋ ਆਮ ਆਦਮੀ ਪਾਰਟੀ ਦੀ ਇਹ ਸੀਟ ਜਿਹੜੀ ਹੈ, ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਡੇ ਲੋਕ ਸਭਾ ਉਮੀਦਵਾਰ ਨੇ ਅੰਮ੍ਰਿਤਸਰ ਤੋਂ, ਉਹ ਬੜੀ ਵੱਡੇ ਮਾਰਜਿਨ ਦੇ ਨਾਲ ਇਹ ਸੀਟ ਜਿੱਤ ਰਹੇ ਸੀ। ਅੱਛਾ, ਸੰਧੂ ਸਾਹਿਬ ਇੱਕ ਇਹ ਵੀ ਜ਼ਿਕਰ ਹੁੰਦਾ, ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਸੀ, ਸੱਤਾ ਦੇ ਵਿੱਚ ਪਿਛਲੀ ਸਰਕਾਰ ਦੀ ਗੱਲ ਕਰੀਏ, ਕਾਂਗਰਸ ਸੀ, ਤਾਂ ਉਹਦੇ ਸਵਾਲ ਹੁੰਦੇ ਸੀ ਤੁਹਾਡੀ ਪਾਰਟੀ ਦੇ ਵੱਲੋਂ ਕਿ ਕਾਂਗਰਸੀਆਂ ਨੂੰ ਜਾਂ ਫਿਰ ਅਕਾਲੀ ਦਲ ਨੂੰ ਕੋਈ ਨਵੇਂ ਚਿਹਰੇ ਨਹੀਂ ਮਿਲ ਰਹੇ, ਜਾਂ ਫਿਰ ਉਹ ਆਪਣੇ ਵਰਕਰਾਂ ਨੂੰ ਉਮੀਦਵਾਰ ਟਿਕਟ ਨਹੀਂ ਦੇ ਰਹੇ, ਬਲਕਿ ਜਿਹੜੇ MLA ਹੁੰਦੇ ਨੇ, ਮੰਤਰੀ ਹੁੰਦੇ ਨੇ, ਉਹਨਾਂ ਨੂੰ ਟਿਕਟ ਦੇ ਦਿੰਦੇ ਨੇ, ਪਰ ਜਦੋਂ ਹੁਣ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਤਾਂ ਉਹਨਾਂ ਦੇ ਵੱਲੋਂ ਉਹੀ ਕੀਤਾ ਗਿਆ, ਤਾਂ ਵਿਰੋਧੀਆਂ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਕਿ ਹੁਣ ਵਰਕਰਾਂ ਨੂੰ ਟਿਕਟਾਂ ਕਿਉਂ ਨਹੀਂ ਦਿੱਤੀਆਂ ਗਈਆਂ? ਵੇਖੋ ਜੀ, ਜੇ ਅੱਜ ਜਿੰਨੀਆਂ ਟੀਸੀਟਾਂ ਦਿੱਤੀਆਂ ਗਈਆਂ ਉਹ ਸਾਡੇ ਜਿਹੜੇ MLA ਵੀ ਤੇ ਪਹਿਲੇ ਵਰਕਰ ਹੀ ਸੀ, ਬਾਅਦ 'ਚ MLA ਬਣਨ ਤੋਂ ਬਾਅਦ ਮੰਤਰੀ ਬਣੇ, ਉਹ ਵਰਕਰਾਂ ਦੇ ਵਿੱਚੋਂ ਹੀ ਆਏ ਆ। ਸੋ ਇਹ ਨਹੀਂ ਕੋਈ, ਇਹ ਨਹੀਂ ਵੀ BJP ਨੂੰ ਬਾਹਰੋਂ ਲਿਆ ਕੇ ਉਮੀਦਵਾਰ ਖੜਾ ਕਰ ਦਿੱਤਾ ਜਾਂਦਾ ਅਤੇ ਉਹ ਜਿਤਾ ਕੇ ਮੁੜ ਕੇ ਅੰਮ੍ਰਿਤਸਰ ਵੱਲ ਜਾਂ ਪੰਜਾਬ ਵੱਲ ਝਾਤ ਹੀ ਨਹੀਂ ਮਾਰਦੇ। ਉਹ ਜਿੰਨੇ ਵੀ ਕੈਂਡੀਡੇਟ ਬਾਹਰੋਂ ਆ ਕੇ ਲੜੇ ਪੰਜਾਬ ਦੇ ਵਿੱਚ, ਉਹ ਦੁਬਾਰਾ ਪੰਜਾਬ ਦੇ ਵਿੱਚ ਆਏ ਨਹੀਂ, ਚਾਹੇ ਉਹ ਗੁਰਦਾਸਪੁਰ ਵਾਲੀ ਸੀਟ ਲੈ ਲਓ, ਚਾਹੇ ਹੋਰ ਕੋਈ ਸੀਟਾਂ ਜਿਹੜੀਆਂ ਪੰਜਾਬ ਤੋਂ ਬਾਹਰੋਂ BJP ਜਿੱਤਾ ਕੇ ਗਈ, ਉਹ ਦੁਬਾਰਾ ਪੰਜਾਬ ਦੇ ਵਿੱਚ ਨਹੀਂ ਆਏ। ਇਸ ਕਰਕੇ ਜਿਹੜੇ ਪੰਜਾਬ ਦੇ ਅੱਜ ਜੇ ਮੰਤਰੀਆਂ ਨੂੰ ਟਿਕਟ ਦਿੱਤੀ ਹੈ, ਮੰਤਰੀਆਂ ਦਾ ਪੰਜਾਬ ਦੇ ਵਿੱਚ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਪੂਰੇ ਕਹਿ ਸਕਦੇ ਕਿ ਨਾਮ ਆ ਉਹਨਾਂ ਦਾ, ਦੁਨੀਆ ਉਹਨਾਂ ਨੂੰ ਪਿਆਰ ਕਰਦੀ ਹੈ, ਉਹਨਾਂ ਦੇ ਕੰਮਾਂ ਤੋਂ ਸੰਤੁਸ਼ਟ ਹੈ, ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਸਰਕਾਰ ਸੰਤੁਸ਼ਟ ਹੈ, ਦੁਨੀਆ ਸੰਤੁਸ਼ਟ ਹੈ। ਸੋ ਇਸ ਕਰਕੇ ਜਿਹੜੇ ਆ ਉਹ ਜਿਹੜੇ ਪਾਰਟੀ ਦੇ ਵੱਡੇ ਚਿਹਰੇ ਉਹ ਸਾਹਮਣੇ ਕੀਤੇ ਗਏ। ਲੇਕਿਨ ਵੇਖੋ, ਉਹ ਇੱਕ ਵਲੰਟੀਅਰ ਦੇ ਤੌਰ 'ਤੇ ਹੀ ਉਹ ਇਲੈਕਸ਼ਨ ਲੜੇ ਸੀ ਅਤੇ MLA ਬਣੇ। ਸੋ ਇਹ ਵੀ ਅੱਗੇ ਵੀ ਵਲੰਟੀਅਰ ਹੋਰ ਪਾਰਟੀ ਕੋ ਇੰਨੇ ਜ਼ਿਆਦਾ ਅਹੁਦੇ ਆ ਕਿ ਵਲੰਟੀਅਰਾਂ ਨੂੰ ਹੀ ਅਸੀਂ ਟਿਕਟਾਂ ਦੇਵਾਂਗੇ। ਨੈਕਸਟ ਆਉਣ ਵਾਲੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਣੀਆਂ ਜਾਂ ਹੋਰ ਵੀ ਸੰਗਠਨ ਦੀਆਂ ਇਲੈਕਸ਼ਨਾਂ, ਸੰਗਠਨ ਦੇ ਅਹੁਦੇਦਾਰੀਆਂ ਹੋਣੀਆਂ, ਸਾਰੀਆਂ ਵਲੰਟੀਅਰਾਂ ਕੋਲ ਜਾਣਗੀਆਂ। ਲੇਕਿਨ ਇੱਕੋ ਇੱਕ ਕਾਰਨ ਸੀ ਇਹਦਾ ਕਿ ਵੇਖੋ, ਪੰਜਾਬ ਦੇ ਵਿੱਚ ਵੱਡੇ ਜਿਹੜੇ 5 ਮੰਤਰੀ 6 ਮੰਤਰੀ ਜਿਹੜੇ ਆਪਾਂ ਸੀਟਾਂ ਦਿੱਤੀਆਂ, ਔਰ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਜਨਤਾ ਉਹਨਾਂ ਨੂੰ ਪਿਆਰ ਕਰਦੀ, ਉਹ ਤਾਂ ਕਰਕੇ ਟਿਕਟਾਂ ਉਹਨਾਂ ਦਿੱਤੀਆਂ ਗਈਆਂ, ਕਿਉਂਕਿ ਵੱਡੇ ਮਾਰਜਿਨ ਦੇ ਨਾਲ ਇਹ ਸਾਰੇ ਦੇ ਸਾਰੇ ਸਾਡੀ ਪਾਰਟੀ ਦੇ ਕੈਂਡੀਡੇਟ ਜਿਹੜੇ ਆ ਉਹ ਵੱਡੇ ਮਾਰਜਿਨ ਦੇ ਨਾਲ ਜਿੱਤਦਾ ਪੰਜਾਬ ਦੇ ਵਿੱਚ।
ਅੱਛਾ, ਤੁਸੀਂ ਬੀਜੇਪੀ ਦਾ ਜ਼ਿਕਰ ਕਰ ਰਹੇ ਹੋ, ਗੁਰਦਾਸਪੁਰ ਸੀਟ ਦਾ ਤੁਸੀਂ ਜ਼ਿਕਰ ਕੀਤਾ, ਪਰ ਜਦੋਂ ਉੱਧਰ ਤਰਨਜੀਤ ਸਿੰਘ ਸੰਧੂ ਦੀ ਗੱਲ ਆਉਂਦੀ ਆ, ਉਹ ਕਹਿੰਦੇ ਨੇ ਕਿ ਮੈਂ ਅਮਰੀਕਾ ਛੱਡ ਕੇ ਅੰਮ੍ਰਿਤਸਰ ਵਾਪਸ ਆਇਆ ਆਪਣੇ ਘਰ ਦੇ ਵਿੱਚ, ਅਤੇ ਜਿਹੜਾ ਮੇਰੇ ਕੋਲ ਵੀਜ਼ਨ ਆ, ਜਿਹੜਾ ਮੇਰੇ ਕੋਲ ਇੱਕ ਮੈਪ ਹੈ ਅੰਮ੍ਰਿਤਸਰ ਦੇ ਲਈ, ਉਹ ਕਿਸੇ ਹੋਰ ਪਾਰਟੀ ਦੇ ਕੋਲ ਨਹੀਂ ਹੈਗਾ। ਦੇਖੋ ਮੈਪ ਤਾਂ ਜੀ ਰਣਜੀਤ ਜੀ ਸਾਹਿਬ ਵੀ ਲੈ ਕੇ ਆਏ ਸੀ, ਮੈਪ ਦੀ ਗੱਲ ਕਰੀਏ ਮੈਪ ਪੁਰੀ ਸਾਹਿਬ ਵੀ ਲੈ ਕੇ ਆਏ ਸੀ, ਹੁਣ ਤੀਜਾ ਮੈਪ ਆ ਗਿਆ, ਉਹ ਮੈਪ ਖੁੱਲ੍ਹਣਾ ਨਹੀਂ, ਮੈਪ ਰੋਲਦਾ ਰੈਪ ਦਾ ਰਹਿ ਵੀ ਰਹਿ ਜਾਣਾ, ਇਸ ਕਰਕੇ ਉਹ ਮੈਪ ਜਿਹੜਾ ਉਹ ਅੰਮ੍ਰਿਤਸਰ ਦੇ ਟੇਬਲ 'ਤੇ ਨਹੀਂ ਖੁੱਲ੍ਹਣਾ, ਇਹ ਮੈਪ ਜਿਹੜਾ ਉਹਨਾਂ ਨੂੰ ਉੱਥੇ ਜਾ ਕੇ ਅਮਰੀਕਾ 'ਚ ਜਾ ਕੇ ਦੁਬਾਰਾ ਖੁੱਲ੍ਹੇਗਾ, ਅੰਮ੍ਰਿਤਸਰ 'ਚ ਨਹੀਂ ਖੁੱਲ੍ਹਦਾ। ਸੋ ਬੀਜੇਪੀ ਭੁੱਲ ਜਾਵੇ ਕਿ ਇਹ ਸੀਟ ਜਿੱਤ ਜੂਗੀ, ਕਿਉਂਕਿ ਬੀਜੇਪੀ ਨੂੰ ਇਹ ਜੋ ਪੰਜਾਬ ਦੇ ਨਾਲ ਕੀਤਾ ਉਹ ਜੱਖ ਜ਼ਾਹਰ ਆ, ਉਹ ਲੁਕਿਆ ਨਹੀਂ ਕਿਸੇ ਤੋਂ, ਬੀਜੇਪੀ ਨੇ ਕੀ ਨਹੀਂ ਕੀਤਾ ਪੰਜਾਬ ਨੇ, ਪੰਜਾਬ ਨੂੰ ਪੰਜਾਬ ਦਾ ਬੇੜਾ ਡੋਬਣ ਵਾਸਤੇ ਬੀਜੇਪੀ ਨੇ ਢਿੱਲ ਜੋ ਦਾ ਜ਼ੋਰ ਲਾਇਆ। ਸੋ ਇਹਦੇ 'ਚ ਦੇਖੋ ਪਿਛਲੇ ਕਿਸਾਨੀ ਸੰਘਰਸ਼ ਦੌਰਾਨ ਜਿਹੜੇ 3 ਕਾਲੇ ਕਾਨੂੰਨ ਲੈ ਕੇ ਆਏ, ਉਹਦੇ 'ਚ ਬੀਜੇਪੀ ਨੇ ਜੋ ਆਪਣਾ ਰੋਲ ਕੀਤਾ ਉਹ ਸਾਰਿਆਂ ਦੇਖੋ ਸਾਹਮਣੇ, ਅੱਖਾਂ ਦੇ ਸਾਹਮਣੇ ਹੈ। ਸੋ ਅੱਜ ਵੀ ਜਦੋਂ ਬੀਜੇਪੀ ਦਾ ਕੋਈ ਕੈਂਡੀਡੇਟ ਜਾਂਦਾ ਤਾਂ ਸਾਡੇ ਪੰਜਾਬ ਦੇ ਲੋਕਾਂ ਦੇ ਬਲੂੰਦਰ ਦੇ ਜਿਹੜੇ ਬਲੂੰਦਰੇ ਜਾਂਦੇ, ਕਿਉਂ? ਕਿਉਂਕਿ ਬੀਜੇਪੀ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਧਰੋਹ ਕੀਤਾ, ਪੰਜਾਬ ਦੇ ਲੋਕਾਂ ਨਾਲ ਜਿਹੜਾ ਪੰਜਾਬ ਦੇ ਜਿਹੜੇ ਹੱਕਾਂ ਦਾ ਘਾਣ ਕੀਤਾ, ਪੰਜਾਬ ਦੇ ਹਿੱਤਾਂ ਦਾ ਘਾਣ ਕੀਤਾ, ਪੰਜਾਬ ਦੇ ਨਾਲ ਕਦੀ ਵੀ ਇਹਨਾਂ ਜਿਹੜਾ ਭਾਈਚਾਰਕ ਸਾਂਝ ਵਾਲਾ ਰਿਸ਼ਤਾ ਜਿਹੜਾ ਨਹੀਂ ਰੱਖਿਆ, ਸੋ ਪੰਜਾਬ ਦੇ ਨਾਲ ਸਦਾ ਹੀ ਮਤਰੇਈ ਮਾਂ ਵਾਲਾ ਰਿਸ਼ਤਾ ਦਿੱਤਾ ਇਹਨਾਂ। ਇਸ ਵਾਰ ਦੀਆਂ ਚੋਣਾਂ ਦੀ ਗੱਲ ਕਰੀਏ, 24 ਦੀ ਅੰਮ੍ਰਿਤਸਰ ਸੀਟ ਦੀ ਗੱਲ ਕਰੀਏ, ਕਿਸੇ ਨੂੰ ਮੁਕਾਬਲਾ ਤੁਹਾਡਾ ਲੱਗਦਾ, ਕੰਪੀਟੀਟਰ ਮੰਨ ਰਹੇ ਹੋ ਜਾਂ ਫਿਰ ਇੱਕ ਪੱਲੜਾ ਕਹਿ ਰਹੇ ਹੋ ਕਿ ਇੱਕ ਪਾਸਾ ਹੀ ਆਮ ਆਦਮੀ? ਨਹੀਂ ਨਹੀਂ ਜੀ, ਵੇਖੋ ਜੀ, ਇੱਕ ਪਾਸੜ ਜਿੱਤਾ ਆਮ ਆਦਮੀ ਪਾਰਟੀ ਦੀ ਜਿੱਤਾ, ਸਾਡੇ CM ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਨਾਰਾ ਦਿੱਤਾ ਗਿਆ, ਸਾਰੀ ਪਾਰਟੀ, ਸਾਰਾ ਪੰਜਾਬ, ਸਾਰਾ ਸੰਗਠਨ ਉਸ ਬਾਦ ਉਸ ਨਾਰੇ 'ਤੇ ਖੜਾ ਹੈ ਕਿ ਪੰਜਾਬ ਇਸ ਵਾਰ ਦੇਸ਼ ਦਾ ਬਣੇਗਾ ਹੀਰੋ, ਇਸ ਵਾਰ ਹੋਏਗੀ 13-0, ਕਿਉਂਕਿ ਸਾਡਾ ਕਿਸੇ ਨਾਲ ਕੋਈ ਮੁਕਾਬਲੇ ਨਹੀਂ, ਸਾਡੀ ਇੱਕ ਪਾਸੜ ਜਿੱਤ ਹੈ। ਦੂਜੀ ਜਿਹੜੀ ਅਕਾਲੀਆਂ ਦੀ ਗੱਲ ਕਰਦੇ ਹਾਂ, ਬੀਜੇਪੀ ਦੀ ਗੱਲ ਕਰਦੇ ਹਾਂ, ਇਹ 2-3 ਜਾਂ 4 ਨੰਬਰ 'ਤੇ ਆਉਂਦੇ, 2 ਨੰਬਰ 'ਤੇ ਵੀ ਨਹੀਂ ਆ ਰਹੇ, ਇਹ ਤਾਂ 3-4 ਨੰਬਰ ਦੀਆਂ ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋਣੀਆਂ। ਸੋ ਤੁਸੀਂ ਦੇਖਿਓ ਕਿ ਇਹ ਦਾਅਵੇ ਤਾਂ ਬੜੇ ਬੜੇ ਵੱਡੇ ਕਰਦੇ ਆ, ਵਾਅਦੇ ਤਾਂ ਬੜੇ ਬੜੇ ਵੱਡੇ ਕਰਦੇ ਆ, ਚਾਹੇ ਉਹ ਸੰਕਲਪ ਆਪਣਾ ਪੱਤਰ ਲੈ ਕੇ ਆਉਣ, ਚਾਹੇ ਉਹ ਮੈਨੀਫੈਸਟੋ ਲੈ ਕੇ ਆਉਣ, ਅਤੇ ਇਹਨਾਂ ਦੇ ਵਿੱਚੋਂ ਇੱਕ ਵੀ ਪੂਰਾ ਨਹੀਂ ਹੁੰਦਾ, ਕਿਉਂਕਿ ਪੰਜਾਬ ਦੇ ਲੋਕ ਜਿਹੜੇ ਉਹ ਇਸ ਵੇਲੇ ਪੂਰੇ ਸੁਲਝੇ ਹੋਏ ਲੋਕ ਆ, ਪੰਜਾਬ ਨੇ ਹਮੇਸ਼ਾ ਹੀ ਦੇਸ਼ ਦੀ ਅਗਵਾਈ ਕੀਤੀ ਹੈ, ਅਤੇ ਇਸ ਕਾਰਨ ਵੀ ਪੰਜਾਬ ਜਿਹੜਾ ਉਹ ਦੇਸ਼ ਦੀ ਅਗਵਾਈ ਕਰੇਗਾ, ਪੰਜਾਬ ਵਿੱਚ ਇਸ ਵਾਰੀ ਹੋਏਗੀ 13-0, ਪੰਜਾਬ ਬਣੇਗਾ ਦੇਸ਼ ਦਾ ਹੀਰੋ। ਅੱਛਾ ਸੰਧੂ ਸਾਹਿਬ, ਆਖਰੀ ਸਵਾਲ ਹੈ, ਤੁਹਾਨੂੰ ਲੱਗਦਾ ਹੈ ਕਿ ਜਿਵੇਂ ਵਿਧਾਨ ਸਭਾ ਦੇ ਵਿੱਚ ਵੱਡੀ ਲੀਡ ਦੇ ਨਾਲ ਤੁਸੀਂ ਜਿੱਤ ਹਾਸਲ ਕੀਤੀ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ, ਹੁਣ ਅੰਮ੍ਰਿਤਸਰ ਹੀ ਆਪਾਂ ਲੋਕ ਸਭਾ ਸੀਟ ਦੀ ਗੱਲ ਕਰੀਏ, ਕਿ 9 ਜਿਹੜੇ ਵਿਧਾਨ ਸਭਾ ਹਲਕੇ ਨੇ, ਜ਼ਿਆਦਾਤਰ ਤੁਹਾਡੀ ਜਿਹੜੇ MLA ਵਿਰਾਜਮਾਨ ਨੇ ਉਹਨਾਂ ਹਲਕਿਆਂ 'ਤੇ, ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹ ਵਿਧਾਨ ਸਭਾ ਦਾ ਜਿਹੜਾ ਇੱਕ ਚੱਕਰ ਬਣਿਆ, ਕਿ ਉਹ ਤੁਹਾਡੇ ਲਈ ਲੋਕ ਸਭਾ ਚੋਣਾਂ ਦੇ ਵਿੱਚ ਪਲੱਸ ਪੁਆਇੰਟ ਹੋਣ ਵਾਲਾ? ਵੇਖੋ ਜੀ, ਪੰਜਾਬ ਦੇ ਵਿੱਚ ਤੁਸੀਂ ਸਾਰੀਆਂ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੱਤ ਦਰਜ ਕਰ ਰਹੀ ਹੈ। ਸੋ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ 9 ਦੀ 9 ਹਲਕੇ ਜਿਹੜੇ ਹੈ ਅੱਜ ਦੀ ਡੇਟ ਵਿੱਚ, ਚਾਹੇ ਸਰਵੇ ਕਰਵਾ ਲਈਏ ਚਾਹੇ ਵੈਸੇ ਲੋਕਾਂ ਤੋਂ ਪੁੱਛ ਲਈਏ, ਅੱਜ ਦੀ ਡੇਟ ਵਿੱਚ 9 ਦੀ 9 ਹਲਕੇ ਜਿਹੜੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ, ਅਤੇ ਵੱਡੇ ਮਾਰਜਨ ਦੇ ਨਾਲ ਜਿੱਤ ਰਹੀ ਹੈ। ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਜੋ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਨੇ, ਵੱਡੀ ਜਿੱਤ ਦੇ ਨਾਲ ਉਹ ਜਿੱਤ ਆਪਣੀ ਦਰਜ ਕਰ ਰਹੇ ਆ। ਸੋ ਸਾਡਾ ਰੂਟੀਨ ਲੋਕਾਂ ਦੇ ਵਿੱਚ ਰਹਿਣਾ, ਸਾਡਾ ਰੂਟੀਨ ਦੇ ਕੰਮਕਾਰ ਕਰਨਾ, ਸਾਡਾ ਰੂਟੀਨ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਨੀ, 2 ਸਾਲ ਦੀਆਂ ਪ੍ਰਾਪਤੀਆਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਉਹ ਲੋਕਾਂ ਦੇ ਘਰ ਘਰ ਤੱਕ ਪਹੁੰਚਾਈਆਂ। ਤੁਸੀਂ ਦੇਖੋ, ਜਦੋਂ ਸਰਕਾਰ ਨਹੀਂ ਸੀ ਬਣੀ ਪੰਜਾਬ ਸਰਕਾਰ ਨੇ, ਪੰਜਾਬ ਉਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ, ਸਾਡੇ ਸੁਪਰੀਮੋ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ, ਉਹ ਸਾਰੀਆਂ ਤਕਰੀਬਨ ਪੂਰੀਆਂ ਹੋ ਗਈਆਂ। ਸੋ ਜਿਹੜੀਆਂ 2-4 ਜਾਂ 1-2 ਰਹਿ ਗਈਆਂ, ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਪੂਰੀਆਂ ਕਰਾਂਗੇ, ਕਿਉਂਕਿ ਸਰਕਾਰ ਨੂੰ ਅਜੇ 2 ਸਾਲ ਹੋਏ ਆ, 3 ਸਾਲ ਦਾ ਟੈਨਿਊਰ ਵੈਸੇ ਵੀ ਬਾਕੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਗਰੰਟੀ 1 ਅੱਧੀ ਰਹਿ ਗਈ ਆ, ਉਹ ਅਸੀਂ ਜ਼ਰੂਰ ਪੂਰੀ ਕਰਾਂਗੇ। ਸੋ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਕਰਦੇ, ਤੁਸੀਂ ਦੇਖਿਆ ਹੁਣੇ ਮੇਰੇ ਕੋਲ ਸੱਜਣ ਬੈਠੇ ਸੀ ਕੋਈ, ਉਹਨਾਂ ਨੂੰ ਗਲੀ 'ਚ ਪੁੱਛਿਆ, ਉਹਨਾਂ ਗਲੀ 'ਚੋਂ ਪੁੱਛਿਆ
ਤੇ ਤੁਹਾਡੇ ਕਿੰਨੇ ਪਰਸੈਂਟ ਲੋਕਾਂ ਦਾ ਬਿੱਲ ਜ਼ੀਰੋ ਆ? ਤਾਂ ਇੱਕ ਗਲੀ 'ਚ 100 ਘਰ ਸੀ, 100 ਦਾ 100 ਹੀ ਬਿੱਲ ਜ਼ੀਰੋ ਆਇਆ। ਆਪਾਂ ਇਹ ਨਹੀਂ ਕਹਿ ਸਕਦੇ ਕਿ 90% ਲੋਕਾਂ ਦਾ ਜ਼ੀਰੋ ਆਇਆ, 100% ਲੋਕਾਂ ਦਾ ਬਿੱਲ ਜ਼ੀਰੋ ਆ ਰਿਹਾ। ਇਹ ਤਾਂ ਆ ਰਿਹਾ ਕਿਉਂਕਿ ਜੇ ਆਦਮੀ ਦੀ ਕੰਜਪਸ਼ਨ ਜਿਹੜੀ ਆ 600 ਯੂਨਿਟ ਘੱਟ ਤੋਂ ਤੂੰ 100 ਦਾ 100 ਘਰਾਂ ਦਾ ਬਿੱਲ ਜ਼ੀਰੋ ਆਇਆ। ਸੋ ਜਿਹੜੇ ਲੋਕ ਬਿੱਲ ਤਾਰ ਤੋਂ ਪਰੇਸ਼ਾਨ ਸੀ, ਅੱਜ ਉਹ ਆਰਾਮ ਨਾਲ ਜ਼ਿੰਦਗੀ ਕੱਟ ਰਹੇ ਆ। ਸੋ ਪੰਜਾਬ ਦੇ ਵਿੱਚ ਸਿੱਖਿਆ ਅਤੇ ਐਜੂਕੇਸ਼ਨ ਨੂੰ ਲੈ ਕੇ ਜਿਹੜਾ 2 ਸਾਲਾਂ ਦੀ ਸਰਕਾਰ ਦਾ ਮੈਪ ਜਿਹੜਾ ਉਹ ਲੈ ਕੇ ਲੋਕਾਂ ਤੱਕ ਜਾਵਾਂਗੇ, ਲੋਕਾਂ ਨੂੰ ਦੱਸਾਂਗੇ ਕਿ ਸਿੱਖਿਆ ਦਾ ਪੱਧਰ ਪਹਿਲਾਂ ਕੀ ਸੀ, ਸਾਡੇ ਉਹਨਾਂ ਸਿੱਖਿਆ ਦਾ ਪੱਧਰ ਕਿੰਨਾ ਉੱਚਾ ਹੋਇਆ, ਕਿੰਨੀਆਂ ਜਿਹੜੀਆਂ ਐਡਮਿਸ਼ਨਾਂ ਸਰਕਾਰੀ ਸਕੂਲਾਂ ਦੇ ਵਿੱਚ ਵਧੀਆਂ। ਸੋ ਸਕੂਲ ਆਫ ਐਮੀਨੈਂਸ ਜਿਹੜੇ 120 ਪੰਜਾਬ ਦੇ ਵਿੱਚ ਬਣ ਚੁੱਕੇ, ਉਹਨਾਂ ਦੇ ਵਿੱਚ ਜਿਹੜਾ ਸਿੱਖਿਆ ਦਾ ਪੱਧਰ ਕਿੰਨਾ ਵਧਿਆ। ਸੋ ਤੁਸੀਂ ਦੇਖੋ ਮੁਹੱਲਾ ਕਲੀਨਿਕ, ਅੱਜ ਲੱਖਾਂ ਲੋਕ, ਅੱਜ ਦੀ ਡੇਟ ਵਿੱਚ ਲੱਖਾਂ ਲੋਕ ਜਿਨ੍ਹਾਂ ਕੋਲ ਡਾਕਟਰ ਦੀ ਪਰਚੀ ਤੱਕ ਦੇ ਪੈਸੇ ਨਹੀਂ ਸੀ ਹੁੰਦੇ, ਅੱਜ ਉਹ ਫ੍ਰੀ ਇਲਾਜ ਕਰਾ ਰਹੇ ਆ। ਸੋ ਪੰਜਾਬ ਦੀ ਜਨਤਾ ਦੇ ਵਿੱਚ ਜੋ ਆਵਾਜ਼ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ, ਉਹ ਗੂੰਜਦੀ ਹੈ। ਸੋ 2 ਸਾਲਾਂ ਦੇ ਕੰਮਾਂਕਾਰਾਂ ਤੋਂ ਲੋਕ ਸੰਤੁਸ਼ਟ ਨੇ। ਸਾਡੇ ਕੋਲ ਇਸ ਟਨਿਊਰ ਦੇ 3 ਸਾਲਾਂ 'ਚ ਹੋਰ ਪਏ, ਉਹਨਾਂ ਦੇ ਵਿੱਚ ਜਿਹੜੀ ਵੀ ਗਰੰਟੀ ਰਹਿੰਦੀ ਹੈ ਉਹ ਜ਼ਰੂਰ ਪੂਰੀ ਕਰਾਂਗੇ। ਸੋ ਮੈਂ ਅਪੀਲ ਕਰਦਾ ਪੰਜਾਬ ਦੀ ਜਨਤਾ ਨੂੰ, ਹੱਥ ਜੋੜ ਕੇ ਅਪੀਲ ਕਰਦਾ ਕਿ ਐਤਵਾਰੀ ਤੁਸੀਂ ਜਿੱਦਾਂ ਸਾਨੂੰ ਪਹਿਲਾਂ ਵਿਧਾਨ ਸਭਾ ਦੇ ਵਿੱਚ ਸਾਨੂੰ ਪਿਆਰ ਦਿੱਤਾ, ਸਾਨੂੰ ਸਰਕਾਰ ਦਿੱਤਾ, ਸਾਨੂੰ ਮਾਣ ਦਿੱਤਾ, ਇੱਦਾਂ ਹੀ ਸਾਨੂੰ ਹੁਣ ਵੀ ਪਿਆਰ ਦਿਓ, ਤਾਂ ਜੋ ਪੰਜਾਬ ਦੇ ਵਿੱਚ ਜਿਹੜੀਆਂ 13 ਦੀਆਂ 13 ਸੀਟਾਂ ਉਹ ਆਮ ਆਦਮੀ ਪਾਰਟੀ ਦੇ ਖਾਤੇ 'ਚ ਜਾਂ ਅਤੇ ਪੰਜਾਬ ਦੀ ਜਿਹੜੀ ਆਵਾਜ਼ ਆ ਸੰਸਦ ਵਿੱਚ ਗੂੰਜ ਸਕੇ। ਸੋ ਇਹ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਡਾਕਟਰ ਜਸਵੀਰ ਸਿੰਘ ਸੰਧੂ, ਜਿਨ੍ਹਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਕੇਵਲ ਅੰਮ੍ਰਿਤਸਰ ਸੀਟ ਨਹੀਂ ਬਲਕਿ ਜਿੰਨੀਆਂ ਵੀ ਪੰਜਾਬ ਦੇ ਵਿੱਚ ਬਾਕੀ ਜਿਹੜੀਆਂ ਲੋਕ ਸਭਾ ਸੀਟਾਂ ਨੇ ਉਹਨਾਂ 'ਤੇ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਉਹਨਾਂ ਦੇ ਕੈਂਡੀਡੇਟ ਨੇ, ਉਮੀਦਵਾਰ ਨੇ, ਉਹਨਾਂ ਦੇ ਵੱਲੋਂ ਜਿਹੜੀ ਫਤਿਹ ਕੀਤੀ ਜਾਵੇਗੀ। ਅਤੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ 'ਤੇ ਹੀ ਜਿਹੜਾ ਚੋਣਾਂ ਜਿੱਤੇਗੀ ਅਤੇ 13-0 ਦੀ ਲੀਡ ਦੇ ਨਾਲ ਜਿਹੜਾ ਬਾਕੀ ਪਾਰਟੀਆਂ ਨੂੰ ਮਾਤ ਦੇਵੇਗੀ। ਵੀਡੀਓ ਜਰਨਲਿਸਟ ਲਖਵਿੰਦਰ ਦੇ ਨਾਲ ਜਗਵਿੰਦਰ ਸਿੰਘ, ਨਿਊਜ਼ ਓਨਲੀ ਅੰਮ੍ਰਿਤਸਰ।